शक्ति सदन जालंधर में देश का 75वां गणतंत्र दिवस बड़ी धूमधाम से मनाया गया। इस मौके पर राष्ट्रीय ध्वज को फहराने की रस्म नॉर्थ जोन जालंधर के चीफ इंजीनियर रमेश लाल सारंगल ने विशेष रूप से उपस्थित होकर की। इस दौरान उन्होंने सभी देशवासियों को गणतंत्र दिवस की शुभकामनाएं दी। इस मौके पर इंजीनियर बलविंदर पाल, इंजीनियर सुरेंद्र पाल सोडी, इंजीनियर पवन कुमार, इंजीनियर सुविकास पाल, इंजीनियर जसपाल सिंह, इंजीनियर सनी बांगड़, इंजीनियर अवतार सिंह, मीना माही, विनय कोमल, राकेश कुमार शर्मा, शिवराज मिश्रा सहित अन्य सदस्यगण भी मौजूद रहे। जालंधर से हलचल के लिए कैमरामैन नवीन की रिपोर्ट। ਨੌਰਥ ਜੋਨ ਦੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਪਾਰਟੀਸਪੇਟ ਕੀਤਾ ਅਤੇ ਜਿਹੜੇ ਇੰਪਲਾਈਜ਼ ਨੂੰ ਜਾਂ ਸਾਡੇ ਅਫਸਰ ਸਾਹਿਬਾਨ ਨੂੰ ਅੱਜ ਉਹਨਾਂ ਦੀ ਐਕਸੀਲੈਂਸ ਪਰਫੋਰਮੈਂਸ ਲਈ ਰਿਸਪੈਕਟਡ ਚੀਫ ਸਾਹਿਬ ਵੱਲੋਂ ਆਨਰ ਕੀਤਾ ਗਿਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਅਤੇ ਨਾਲ ਹੀ ਆਸ ਕਰਦਾ ਪੂਰੇ ਜੋਨ ਵੱਲੋਂ ਕਿ ਆਪਣੀ ਕਾਰਗੁਜ਼ਾਰੀ ਬਾਕੀ ਇੰਪਲਾਈ ਵੀ ਇਸ ਤਰ੍ਹਾਂ ਹੀ ਜਿਹੜੀ ਵਧੀਆ ਤਰੀਕੇ ਨਾਲ ਜਾਰੀ ਰੱਖਣਗੇ ਤਾਂ ਕਿ ਆਉਣ ਵਾਲੇ ਸਮਾਗਮਾਂ ਦੇ ਵਿੱਚ ਉਹਨਾਂ ਨੂੰ ਵੀ ਆਨਰ ਕੀਤਾ ਜਾ ਸਕੇ। ਮੈਂ 75ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਸਾਰੇ ਪਾਵਰਕੌਮ PST CIL ਅਧਿਕਾਰੀਆਂ ਕਰਮਚਾਰੀਆਂ ਨੂੰ ਅਤੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ। 26 ਜਨਵਰੀ ਦਾ ਦਿਨ ਸਾਰੇ ਭਾਰਤ ਵਿੱਚ ਸਾਰੇ ਦੇਸ਼ ਵਾਸੀਆਂ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ। ਅੱਜ ਦੇ ਦਿਨ ਇਸ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਜੀ ਨੂੰ ਜਿੱਥੇ ਯਾਦ ਕਰਦੇ ਹਾਂ ਉੱਥੇ ਅਸੀਂ ਇਸ ਆਜ਼ਾਦੀ ਪ੍ਰਾਪਤ ਕਰਨ ਵਾਲੇ ਸਾਰੇ ਸ਼ਹੀਦਾਂ ਨੂੰ ਔਰ ਫਰੀਡਮ ਫਾਈਟਰਸ ਨੂੰ ਵੀ ਯਾਦ ਕਰਦੇ ਹਾਂ ਜਿਨ੍ਹਾਂ ਦੀ ਖਾਤਰ ਸਾਨੂੰ ਆਜ਼ਾਦੀ ਮਿਲੀ ਜਿਹਦਾ ਅਸੀਂ ਨਿਗਮਾਨ ਰਹੇ ਹਾਂ। ਮੈਂ ਫਿਰ ਗਣਤੰਤਰ ਦਿਵਸ ਦੇ ਮੌਕੇ 'ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਜੈ ਹਿੰਦ।